और पेंडी मैं सोचता मैं पिंड गया हुआ सी कोरोना फिरता चारे पासे मैं तो पिंड भज गया डर के तपाई पै कोरोने ने कोरोने ने तो आग नहीं मचाई पई है मैं सोचा इतने कोई मतलब भी लॉकडाउन लग गया कोई हेयर ड्रेसर वगैरह कुछ नहीं फिर मैं आप ही घरे मुछा सेट बनाई आप ही बना लिया मैं देख यूट्यूब ते देखे हाउ टू बना बढ़िया मुछा ऑफिशियल अमन दा टुडे इज माय बर्थडे कहंदा पर हैप्पी बर्थडे यारा ओए ला के गाना नच लो कल्ले ही सही बता और नाल दे वीर भरा ठीक है सारे सब ओके है सब कारोबार ओके कारोबार बढ़िया फर्स्ट क्लास दुनियादारी तुसी दसो किथे मोहाली हो चलो मैं ही इत्थे मोहाली बाहर जान भी लॉकडाउन है कमरे च बैठा जी पिंडा बढ़िया लॉकडाउन जी तां पिंडा चल जी मैं कहा पिंडा च नहीं आ रहा जी ਹੋਰ ਪਿੰਡ ਚ ਤੇ ਵਧੀਆ ਚੱਲ ਬੰਦਾ ਮਾੜਾ ਮੋਟਾ ਬਾਹਰ ਅੰਦਰ ਜਾ ਹੁੰਦਾ ਇੱਥੇ ਤੇ ਨਾਕਿਓ ਨਾਕਿਓ ਹੋਇਆ ਹੁੰਦਾ ਕਹਿੰਦੇ ਕੰਮ ਉਹ ਕਿੰਨੇ ਤੇ ਪਹੁੰਚ ਗਈ ਗੱਲ ਹੁਣ 3 ਮਿਲੀਅਨ ਤਾਂ ਹੋ ਗਈ ਸੀ ਕੱਲ ਹੁਣ ਨਹੀਂ ਨਹੀਂ ਹੁਣ ਤਾਂ 5 ਹੋ ਚੱਲਿਆ ਆ ਮਾ 3 ਮਿਲੀਅਨ ਕੱਲ ਹੋ ਗਈ ਸੀ ਦੁਨੀਆ ਦਾ 5 ਮਿਲੀਅਨ ਹੋ ਚੱਲਿਆ ਵਾਹ ਜੀ ਵਾਹ ਕਿੱਥੇ ਪਹੁੰਚ ਗਈ ਗੱਲ ਲੱਗਾ ਰੇ ਕਰੋੜ ਕਰਾ ਦੀਏ ਰਾਤੋਂ ਰਾਤ ਗੱਲ ਤਾਂ ਸਾਰੀ ਹੁੱਲੜਬਾਜੀ ਤੇ ਖੜ ਜਾਈ ਹੈ ਨਾ ਸਹੀ ਆ ਆ ਵਿੱਚ ਦੋਸਤ ਮਿਲ ਗਿਆ ਕੁਝ ਗੋਲਡੀ ਫੁੱਲ ਕਾ ਕਹਿੰਦਾ ਅੱਛਾ ਸ਼ੁਕਰੀਆ ਜੀ ਕੁੱਟਾ ਹੈ ਮੈਂ ਕਿਹਾ ਜਿਹੜਾ ਤੁਹਾਡਾ ਡਾਇਲੌਗ ਜਾਂ ਨਹੀਂ ਹੁੰਦਾ ਸਟਾਰਟ ਦੇ ਵਿੱਚ ਜਦੋਂ ਮੋਟਰਸਾਈਕਲ ਦੇ ਖਿਲਾਰਦੇ ਸੀ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਉਹੀ ਚੱਲਦਾ ਹੁਣ ਕੀ ਗੱਲ ਉਹ ਵੈਸੇ ਬੋਲਦੇ ਉਹ ਅਸੀਂ ਆਪ ਚ ਵੀ ਕਰਦੇ ਨਾ ਕੀ ਹੋ ਗਿਆ ਮਤਲਬ ਉਹ ਤੱਕ ਨੈਚੁਰਲ ਹੀ ਨਿਕਲਿਆ ਉਹ ਹਾਂ ਉਹ ਫੱਬ ਦਾ ਸੋਹਣਾ ਲੱਗਦਾ ਮੈਂ ਕਹਿੰਦਾ ਤੁਸੀਂ ਵੀ ਲਾ ਲਿਆ ਕੋਈ ਸੋਹਣਾ ਜਿਹਾ ਫਿਲਟਰ ਹੈ ਨਹੀਂ ਨਹੀਂ ਮੈਂ ਤਾਂ ਉਹੀ ਸੋਹਣਾ ਮੈਂ ਤਾਂ ਆਪ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਇਧਰੋਂ ਕੀ ਦੱਬ ਰਿਹਾ ਮੈਥੋਂ ਸੈਟਿੰਗਾਂ ਸੁਟਿੰਗਾਂ ਕਾਫੀ ਨਵਾਂ ਚੱਲ ਪਿਆ ਮੈਂ ਤਾਂ ਲਾਈਵ ਹੋਏ ਨੂੰ ਪਿਛਲੇ ਸਾਲ ਲਾਈਵ ਹੋਇਆ ਸੀ ਤੇ ਉਦੋਂ ਬਾਅਦ ਤਾਂ ਇੰਸਟਾ ਹੋ ਗਿਆ ਚੇਂਜ ਕਰੇ ਪਤਾ ਨਹੀਂ ਆਪੋ ਤਾਂ ਪੀ ਹੋਇਆ ਪੈਗਾ ਆਪੋ ਤਾਂ ਪੀ ਹੋਇਆ ਪੈਗਾ ਟੈਨਸ਼ਨ ਆ ਗਈ 20 ਰੁਪਏ ਦਾ ਤੇਲ ਪਵਾਇਆ ਮੋਟਰਸਾਈਕਲ ਚ ਮੇਰਾ ਬਰਥਡੇ ਵੀਰ ਸਾਰਿਆਂ ਨੂੰ ਜਿੰਨਾ ਜਿੰਨਾ ਦੇ ਬਰਥਡੇ ਆ ਆਉਣ ਵਾਲੇ ਆ ਨਿਕਲ ਗਏ ਆ ਜਿੰਨਾ ਦਾ ਅੱਜ ਹੈਗਾ ਵਧਾਈਆਂ ਭਾਈ ਸਾਰਿਆਂ ਨੂੰ ਬਹੁਤ ਬਹੁਤ ਜਿਉਂਦੇ ਵਸਦੇ ਰਹੋ ਸਾਰਿਆਂ ਨੂੰ ਜਨਮ ਦਿਨ ਕਰੋਨਾ ਕਰਕੇ ਪਾਰਟੀਆਂ ਮਨਾ ਨਹੀਂ ਸਕਦੇ ਪਰ ਤੁਸੀਂ ਹੈਪੀ ਬਰਥਡੇ ਯਾਰ ਗਾਣਾ ਸੁਣ ਲਓ ਉਹਦੇ ਵਿੱਚ ਪਾਰਟੀ ਮਨ ਰਹੀ ਹੈ ਤੇਰੀ ਬਸ ਜੰਮੂ ਵਾਲੇ ਹਾਰਟ ਜੰਮੂ ਤੋਂ ਆਏ ਨੇ ਸੰਗਤਾਂ ਕਹਿੰਦੇ ਕੋਈ ਕੋਈ ਕਹਿ ਰਿਹਾ ਵੀ ਆਕੜ ਕਰਦੇ ਹੋ ਤੁਸੀਂ ਰਿਪਲਾਈ ਨਹੀਂ ਕਰ ਰਹੇ ਵੀ ਨਾ ਮੈਂ ਤਾਂ ਬੋਲੀ ਜਾਂਦਾ ਕਹਿੰਦਾ ਮੈਂ ਤਾਂ ਵਿਕਾਸ ਕੌਸ਼ਿਕ ਜੀ ਵੀ ਲੋ ਯਾਰ ਲਾਈਵ ਚ ਪਤਾ ਨਹੀਂ ਕੀ ਇਹ ਕਹਿੰਦਾ ਸਿੰਘ ਜੋਵਨ ਨਾ ਆਵਾ ਅਮਰ ਕੱਠਪਾਲ ਬਾਈ ਇਹ ਕਹਿੰਦਾ ਹੈਲੋ ਜਸਪ੍ਰੀਤ ਪਤਾ ਨਹੀਂ ਕੀ ਹਾਂਜੀ ਆ ਡਿਮਾਂਡ ਆਈ ਆ ਬੰਦਿਆਂ ਵੱਲੋਂ ਦੋਸਤਾਂ ਵੱਲੋਂ ਕਹਿੰਦੇ ਦੋ ਲੈਣਾ ਸੌਂਗ ਦੀਆਂ ਸੁਣਾ ਦਿਓ ਕਹਿੰਦੇ ਫਿਰ ਜ਼ਿੰਦਗੀ ਚ ਆ ਰਹੀਏ ਆਉਂਦੇ ਕੇਕ ਕੱਟਣਾ ਕੰਮ ਹੈ ਬੱਚਿਆਂ ਦਾ ਦੱਸ ਪੈਗ ਕਦੋਂ ਕੁ ਲਾਉਣਿਆ ਟੋਲਾ ਵਿਗੜਿਆ ਤਿਗੜਿਆ ਦਿਖਦਾ ਨਾ ਦਾਰੂ ਪੀਣੇ ਕਦ ਤੱਕ ਆਉਣਿਆ ਹੋ ਕਿਤੇ ਵਿੱਚ ਪਾਰਟੀ ਦੇਖਦੀ ਨਾ ਪੂਜਾ ਕਿੱਥੇ ਐ ਮੈਂ ਮਾਂ ਤੇਰੀ ਤੈਨੂੰ ਹੈਪੀ ਬਰਥਡੇ ਯਾਰਾ ਵੇ ਬਰਥਡੇ ਯਾਰਾ ਮਹਿੰਗੇ ਮੁੱਲ ਤੇਰਾ ਜਾਂ ਤੇਰੀ ਤੈਨੂੰ ਹੈਪੀ ਬਰਥਡੇ ਯਾਰਾ ਜਿਹੜਾ ਕੰਜਰਾ ਕਹਿੰਦਾ ਨਾ ਉਹ ਵਧੀਆ ਫਸਟ ਕਲਾਸ ਗੱਲ ਹੈ ਦੋਸਤਾਂ ਮਿੱਤਰਾਂ ਵਾਲੀ ਕੰਜਰਾ ਉਹ ਕੰਜਰ ਦਿਆ ਆਪਾਂ ਕਰਦੇ ਹੁੰਦੇ ਨਾ ਪਿੰਡਾਂ ਚ ਤੁਹਾਡਾ ਬਰਥਡੇ ਕਦੋਂ ਹੁੰਦਾ ਵਾ ਮੇਰਾ ਤਾਂ ਠੰਡਾ ਥਾਰ ਚ ਹੁੰਦਾ ਜਮੀ 20 ਜਨਵਰੀ ਨੂੰ ਅਗਲੇ ਸਾਲ ਮਨਾਵਾਂਗੇ ਹੁਣ ਤਾਂ 2022 ਚ ਪਰ ਆ ਕਰੋਨਾ ਜਾਂ ਨਿਬੜੇ ਯਾਰ ਹੋਰ ਯਾਰ ਕੱਖ ਨਹੀਂ ਕਰਨ ਜੋਗਾ ਰਹਿ ਗਿਆ ਬੰਦਾ ਯਾਰ ਹੋਰ ਹੈਸ਼ਟੈਗ ਰਿਜ਼ਾਈਨ ਮੋਦੀ ਕਰ ਦਈਏ ਇਹ ਹੈਸ਼ਟੈਗ ਤੇ ਨਾ ਕਿਤੇ ਉਹ ਕੋਈ
बना देना भी हैशटैग वाला जेड़ा पाऊगा वो चुक के पास अंदर ही अंदर तक की पड़े सारे नु लोकतंत्र है सारे नागरिक नु अपना अधिकार है बोलने का लोकतंत्र रह गए हम चुनाव कर सकते हैं अपन चुने जेठपाल मन लगता पहला हो ਇਹ ਤਾਂ ਹੁਣ ਉਹ ਚੀਜ਼ਾਂ ਤੇ ਗੱਲਾਂ ਹੀ ਰਹਿ ਗਈਆਂ ਵੀਰੇ ਲੋਕ ਲੋਕ ਤੰਤਰ ਤੇ ਕਾਹਦੀ ਡੈਮੋਕ੍ਰੇਸੀ ਰਹਿ ਗਈ ਹੁਣ ਹੁਣ ਤਾਂ ਕੁਛ ਨੀ ਮੈਂ ਹੁਣ ਭੁਗਤਣਾ ਪਊਗਾ ਥੋੜਾ ਜਿਹਾ ਚਿਰ ਹੋਰ ਭੁਗਤਣਾ ਪਊ ਮੈਨੂੰ ਲੱਗਦਾ ਫਿਰ ਓਕੇ ਹੋ ਜਾਣਾ ਸਿਸਟਮ ਇੰਨਾ ਕੰਜਰ ਦਾ ਪਤਾ ਨੀ ਗਾਂ ਕੀ ਕਰ ਦੇਣਾ ਮਹਿੰਗੇ ਮੁੱਲ ਦੀਆਂ ਕਹਿੰਦਾ ਜਾਨਾਂ ਨੂੰ ਵਕਤ ਪਾਰਖਿਆ ਇਹਨਾਂ ਨੇ ਹੋਰ ਆ ਬਾਈ ਮੇਰਾ ਅੱਜ ਬਾਈ ਮੇਰਾ ਹੈਪੀ ਬਰਥਡੇ ਭਾਈ ਤੈਨੂੰ ਜਨਮ ਦਿਨ ਮੁਬਾਰਕ ਹੈਪੀ ਬਰਥਡੇ ਯਾਰਾ ਓਏ ਹੈਪੀ ਬਰਥਡੇ ਯਾਰਾ ਓਏ ਲਾਲੀ ਬਾਈ ਲਵ ਯੂ ਏ ਟੂ ਜ਼ੈਡ ਬ੍ਰੋ ਏ ਟੂ ਜ਼ੈਡ ਬ੍ਰੋ ਚੰਦੂ ਬਾਈ ਕੀ ਹੱਥ ਵਜ 2 3 4 5 ਮੁਰਗਾ ਆਓ ਕਿਹਦੀ ਮਾਰ ਤਾਂ ਹੁਣ ਤਾਂ ਕਰੋਨਾ ਕਰਕੇ ਜਿਹੜਾ ਚੱਕਰ ਪਾਇਆ ਹੋਇਆ ਬਸ ਆ ਲੋਕਡਾਊਨ ਜੇ ਕਰਕੇ ਇਹ ਖੁੱਲੂਗਾ ਤਾਂ ਹੀ ਮੈਂ ਤਾਂ ਆ ਗਿਆ ਉੱਥੇ ਮੈਂ ਕੀ ਕਰਦੇ ਬੈਠੇ ਘਰੇ ਠੀਕ ਹੈ ਸਾਡਾ ਦੂਰ ਧਿਆਨ ਰੱਖਿਆ ਕਰੋ ਸਾਰੇ ਆਪਦਾ ਕਰੋਨਾ ਜਾਂ ਤਾਂ ਕਾਫੀ ਵੱਧ ਰਿਹਾ ਵੱਧਦਾ ਰਿਹਾ ਚਲੋ ਪਿੰਡ ਉਹ ਲੋਕ ਆ ਬੜੇ ਮੈਂ ਫਿਰ ਵੀ ਚਾਰ ਜਿਗਰੀ ਦੇ ਨੈਕਸਟ ਐਪੀਸੋਡ ਕਰਾਉਣੇ ਬੜੇ ਬਹੁਤ ਲੋਕਾਂ ਦੇ ਇਹ ਬਸ ਯਾਰ ਜਿਗਰੀ ਦੇ ਨੈਕਸਟ ਐਪੀਸੋਡ ਵੀ ਜਲਦੀ ਆਉਣੇ ਨੇ ਬਸ ਐਕਚੁਅਲੀ ਥੋੜਾ ਜਿਹਾ ਸਾਰਿਆਂ ਨੂੰ ਪਤਾ ਕੰਮ ਕਰੋਨਾ ਨੇ ਲੋਕਡਾਊਨ ਕਰਕੇ ਸਾਰਾ ਇਹ ਸਾਰੇ ਕਾਫੀ ਕੰਮ ਰੁਕੇ ਪਏ ਨੇ ਜ਼ਿੰਦਗੀ ਚ ਹਾਂ ਉਦੋਂ ਬਾਅਦ ਸਾਰੇ ਮਿੰਟੋ ਮਿੰਟ ਹੀ ਆ ਜਾਣਗੇ ਤਬ ਜਿਹੜਾ ਸ਼ੂਟ ਹੋਇਆ ਪਿਆ ਸ਼ਾਇਦ ਤੁਸੀਂ ਦੱਸ ਦੇ ਜੀ ਹਾਂ 40-45 50% 50% ਹੋਇਆ ਪਿਆ ਉਹ ਤਾਂ ਸਾਡਾ ਵੀ ਕੀ ਲੱਗਦਾ ਵਧੀਆ ਫੈਮਸੀ ਮਾਹੌਲ ਹੈ ਅਸੀਂ ਤਾਂ ਆਪ ਮਤਲਬ ਕੁਛ ਕੁ ਮਜਬੂਰੀਆਂ ਹੋ ਜਾਂਦੀਆਂ ਨੇ ਤੁਹਾਨੂੰ ਤਾਂ ਪਤਾ ਹੀ ਹੈ ਕੋਈ ਚੀਜ਼ ਕਿਸੇ ਨਾ ਕਿਸੇ ਚੀਜ਼ ਕਰਕੇ ਲੇਟ ਹੋ ਜਾਂਦੀ ਬਸ ਵਾਹ ਬੰਦ ਹੋ ਗਿਆ ਹੁਣ ਤਾਂ ਸਿਨੇਮਾ ਥੀਏਟਰ ਜਦੋਂ ਖੋਲਣਗੇ ਫੇਰ ਆਊਗੀ ਸਾਹਿਬ ਜੀ ਗੱਲ ਵਾਹ ਹੁਣ ਤਾਂ ਆਪਣਾ ਜਿਹੜਾ ਕਿਸਾਨੀ ਅੰਦੋਲਨ ਦਾ ਹੱਲ ਹੋ ਗਿਆ ਨਾ ਜਿੱਦਾਂ ਫੇਰ ਆਊਗਾ ਸਵਾਲ ਕੁਛ ਸਮਝ ਨਹੀਂ ਹੋਊਗਾ ਉਹਦਾ ਵੀ ਨਹੀਂ ਉਹਦਾ ਤਾਂ ਹੋ ਹੀ ਜਾਊਗਾ ਹੱਲ ਤਾਂ ਹੋਣਾ ਚਾਹੀਦਾ ਉਹਦਾ ਚਾਹੀਦਾ ਪਹਿਲਾਂ ਇਹਨਾਂ ਦਾ ਡੀਕਦੇ ਨਾ ਇਹਨਾਂ ਦੇ ਇਲੈਕਸ਼ਨ ਮੁੱਕ ਜਾਣ ਇਲੈਕਸ਼ਨ ਮੁੱਕ ਗਏ ਹੁਣ 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 ਵੀ ਨਹੀਂ ਹੁਣ ਕੋਈ ਹੁਣ ਹੁੱਲੜਬਾਜੀ ਹੋਊਗੀ ਤਾਂ ਹੈ ਥੋੜੀ ਬਹੁਤੀ ਕਿਤੇ ਨਾ ਕਿਤੇ ਇਹ ਤਾਂ ਉਹੀ ਗੱਲ ਹੋਊਗੀ ਹੁੱਲੜਬਾਜੀ ਕਰਨੀ ਪਊਗੀ ਐਂ ਤਾਂ ਸ਼ਾਂਤਮਈ ਨਾਲ ਨਹੀਂ ਸਾਹਿਬ ਜਾਂਦੀ ਗੱਲ ਆਪਣੇ ਗਾਣੇ ਦਾ ਕੀ ਬਣਿਆ ਫਿਰ ਉਹਦਾ ਮੁੜ ਕੇ ਫਿਰ ਦੁਬਾਰੇ ਵੈਸੇ ਤਾਂ ਚਲੋ ਆਫੀਸ਼ੀਅਲ ਚੈਨਲ ਤੋਂ ਤਾਂ ਚਲ ਸ਼ਾਇਦ ਉਹਦੇ ਕਰਕੇ ਚੱਕ ਚੁੱਕਦਾ ਹੋਊ ਨਾ ਪਰ ਮੇਰੇ ਕੱਖ ਨਹੀਂ ਇੱਕ ਮੈਂ ਉਦਾਂ ਉਹ ਪਾਈ ਸੀ ਉਹਦੇ ਉਹ ਗਾਣੇ ਤੇ ਜਿਵੇਂ ਹੁਣ YouTube ਤੇ ਰੀਲਾਂ ਦੇ ਵਾਂਗੂ ਨਹੀਂ ਪੈਣ ਲੱਗੀਆਂ ਵੀਡੀਓ ਰੀਲਾਂ ਤੇ ਹਾਂ ਸਟੋਰੀ ਜੀ ਪੈਂਦੀ ਹੈ YouTube ਤੇ ਵੀ ਪੈਣ ਲੱਗੀ ਸਟੋਰੀ ਜੀ ਉਹ ਨਾ ਉਹ ਵੀ ਚੱਕ ਮੈਂ ਸਗੋਂ ਆਡੀਓ ਜਿਹਾ ਲਾ ਕੇ ਉਹ ਪਾਈ ਤੇ ਉਹ 15-20 ਮਿੰਟਾਂ 'ਚ ਉਹ ਵੀ ਚੱਕਦੀ ਉਹ ਤਾਂ ਖੁੰਦ ਕੱਢੀ ਬੈਠੇ ਬੜੀ ਨਹੀਂ ਵੈਸੇ ਵੈਸੇ ਤਾਂ ਹੋਰ ਬਹੁਤ ਜਿਵੇਂ ਫੇਕ ਚੈਨਲਸ ਲਾ ਲਓ ਵੀ ਉਹਨਾਂ ਤੇ ਤਾਂ ਪਿਆ ਸੌਂਗ ਤਾਂ ਉਹ ਅਸੀਂ ਵੱਡਾਂਗੇ ਸਾਰੇ ਕਿਤੋਂ ਤਾਂ ਨਹੀਂ ਚੱਕਿਆ ਗਿਆ ਨਹੀਂ ਨਹੀਂ ਆਪਣੇ ਚੈਨਲ ਤੇ ਹੋਇਆ ਇੰਡੀਆ ਚੋਂ ਬੈਨ ਹੋਇਆ ਵਾ ਇੰਡੀਆ ਚੋਂ ਬਾਕੀ ਤਾਂ ਅਦਰ ਕੰਟਰੀਜ਼ ਤਾਂ ਚੱਲੀ ਜਾਂਦਾ ਨਹੀਂ ਵੈਸੇ ਯੂਟਿਊਬ ਤੇ ਤਾਂ ਆਪਾਂ ਸਰਚ ਮਾਰਦੇ ਉੱਤੇ ਤਾਂ ਆਉਂਦਾ ਹੈ ਵੈਸੇ ਜੇ ਉਹਨਾਂ ਨੇ ਐਡੇ ਕੋਈ ਚੱਕਣਾ ਹੁੰਦਾ ਜਿਵੇਂ ਆਪਣਾ ਸਿਸਟਮ ਹਿਸਾਬ ਤਾਂ ਜਾਂਦਾ ਨਾ ਦੇ ਨਾਲ ਚੱਕ ਕੇ ਪਾਇਆ ਹੁੰਦਾ ਹੁਣ ਤਾਂ ਚਾਹੇ ਕਦੇ ਚੱਕੋ ਚਾਹੇ ਨਾ ਚੱਕੋ ਦਿਲਾਂ 'ਚ ਵੱਸ ਗਿਆ ਉਹ ਤਾਂ ਜਵਾਨੇ ਤੇ ਹੈਗੇ ਅਸੀਂ ਵੱਢਾਂਗੇ ਪਤਾ ਇਹ ਤਾਂ ਹੈ ਗੱਲ ਤਾਂ ਹੁਣ ਤਾਂ ਹੁਣ ਕੀ ਫਾਇਦਾ ਗੱਲ ਤਾਂ ਕਿੱਥੇ ਪਹੁੰਚ ਗਈ ਕਹਿੰਦੇ ਹੁਣ ਤਾਂ ਮੋਬਾਈਲਾਂ 'ਚ ਡਾਊਨਲੋਡ ਕਰੇ ਪਏ ਲੋਕਾਂ ਨੇ ਜਿਹੜੀਆਂ ਪੰਜਾਬੀ ਆਈਟੀ ਉਹਨਾਂ ਹੈਗੀਆਂ ਹਾਂ ਬਥੇਰਾ ਕੁਛ ਇਕੱਲੇ ਯੂਟਿਊਬ ਤੇ ਥੋੜੀ ਹੈ ਹੋਰ ਬਥੇਰਾ ਕੁਛ ਹੈਗਾ ਜੀ ਸਹੀ ਹੈ ਸਹੀ ਹੈ ਹੋਰ ਨਵਾਂ ਕੀ ਚੱਲ ਰਿਹਾ ਤਿਆਰੀਆਂ ਫਿਰ ਕਾਸੇ ਦੀਆਂ ਗਾਣੇ ਬਾਬਾ ਜੀ ਬਹੁਤ ਗਾਣੇ ਬਹੁਤ ਆਪਾਂ ਮਤਲਬ ਇਹ ਝੂਠ ਜਿਹਾ ਲੱਗਦਾ ਵਾ ਪਿਛਲੇ 4 ਦਿਨ ਪਹਿਲਾਂ ਅਸੀਂ ਸਨਾਈਪਰ ਆ ਜਿਹਦੇ ਕੋਲ ਮੈਂ ਕੰਮ ਕਰਦਾ ਹੁੰਦਾ ਹੁਣ ਤੇ 4 ਦਿਨਾਂ 'ਚ ਅਸੀਂ 23-24 ਗਾਣੇ ਬਣਾਏ ਪੂਰੇ ਪੂਰੇ ਗਾਣੇ ਨਾਲੇ 3 ਦਿਨਾਂ 'ਚ ਬਹੁਤ ਗਾਣੇ ਤੇ ਬਹੁਤ ਬਣ ਗਏ ਹੁਣ ਮਾਹੌਲ ਜਿਹਾ ਥੋੜਾ ਲੋਟ ਆਵੇ ਫਿਰ ਸ਼ੂਟ ਕਰ ਕਰਕੇ ਨਾਲ ਦੀ ਨਾਲ ਨਹੀਂ ਸਹੀ ਹੈ ਸਹੀ ਹੈ ਮੈਂ ਕਹਿੰਦਾ ਤੁਸੀਂ ਵੀ ਛੱਡ ਦਿਓ
ਆਪਾਂ ਸਟੂਡੀਓ ਵਿੱਚ ਬਹਿ ਕੇ ਅੰਦਰ ਤੇ ਕੰਮ ਕਰ ਹੀ ਸਕਦੇ ਹਾਂ ਜੇ ਬਾਹਰ ਸ਼ੂਟ ਸ਼ੂਟ ਨਹੀਂ ਕਰਦੇ ਅੰਦਰ ਤਾਂ ਹਾਂ ਚਲੋ ਉਹ ਤਾਂ ਬਾਹਰ ਤਾਂ ਹੁਣ ਚਲੋ ਹੈ ਹੀ ਹੈ ਜੋ ਪ੍ਰੋਬਲਮ ਉਹ ਚੱਕੀ ਤੁਰੇ ਆਉਂਦੇ ਕੋਈ ਸੈਡ ਸੂਡ ਸੌਂਗ ਕਰੋ ਯਾਰ ਕੋਈ ਵਧੀਆ ਜਿਹਾ ਜਿਵੇਂ ਉਹ ਰੇਵਨ ਮੈਨੂੰ ਬੜਾ ਅੱਛਾ ਲੱਗਦਾ ਰੇਵਨ ਗਾਣਾ ਯਾ ਸੈਡ ਬਹੁਤ ਸੋਹਣੇ ਉਹ ਵੀਡੀਓ ਵੀ ਬਹੁਤ ਸੋਹਣੀ ਸੀ ਸੌਂਗ ਉਹ ਤਾਂ ਬਹੁਤ ਗਾਣਾ ਚੱਲਿਆ ਉੱਥੇ ਬਹੁਤ ਘੈਂਟ ਇੱਕ ਕੋਈ ਬੇਬੇ ਬਾਪੂ ਤੇ ਕਰੋ ਕਹਿੰਦੇ ਬੇਬੇ ਬਾਪੂ ਤੇ ਵੀ ਬਣਾ ਲੈਣੇ ਆ ਜੀ ਜ਼ਰੂਰ ਬਣਾ ਲੈਣੇ ਕਰਨ ਤੁਰਨਾ ਕਹਿ ਸਕਦੇ ਉਹ ਤੁਹਾਡੇ ਡਿੰਪਲ ਤੁਹਾਡੇ ਵੀ ਪੈਂਦਾ ਡਿੰਪਲ ਵੀ ਮੇਰੇ ਮੂੰਹ ਆ ਦੇ ਕਿਉਂ ਬ੍ਰੋ ਆ ਡਿੰਪਲ ਕੰਪੀਟੀਸ਼ਨ ਹੋ ਗਿਆ ਇਧਰ ਡਿੰਪਲ ਡਿੰਪਲ ਹੀ ਹੋ ਗਏ ਜੇਠਪਾਲ ਪਾਕਿਸਤਾਨ ਤੋਂ ਅਦਨਾਨ ਅਲੀ ਜੀ ਬਹੁਤ ਸਾਰਾ ਪਿਆਰ ਭੇਜ ਰਹੇ ਨੇ ਗੱਫਿਆਂ ਦੇ ਪੰਡਾਂ ਦੀ ਪੰਡਾਂ ਸਾਡੇ ਵੱਲੋਂ ਪੰਜਾਬੋਂ ਵੀ ਇੱਧਰਲੇ ਪੰਜਾਬ ਤੋਂ ਵੀ ਸਾਡੇ ਬਹੁਤ ਮੁਹੱਬਤ ਕਹਿੰਦੇ ਭਾਈ ਸਭ ਨੂੰ ਸਭ ਨੂੰ ਇੱਕ ਵੀਰੇ ਯੂਟਿਊਬ ਪਾਵਰਫੁਲ ਵੋਕਲਿਸਟ ਆਕਾਸ਼ ਦਰਵੇਸ਼ ਰੇਵਨ ਵਾਲੇ ਫੈਨ ਆ ਗਏ ਰੇਵਨ ਤੇ ਮੈਂ ਵਿਆਹਾਂ ਤੇ ਵੀ ਬਹੁਤ ਗਾਇਆ ਜਦੋਂ ਸ਼ੋਆ ਸ਼ੋਆ ਤੇ ਜਾਈਦਾ ਲੋਕੀ ਬਹੁਤ ਮੈਂ ਪੁੱਛ ਕੇ ਗਾਉਣਾ ਨਾ ਭਰਾਵਾ ਵਿਆਹ ਆ ਗਾਲਾਂ ਵਿਆਹ ਆ ਗਿਆ ਤੇ ਰੇਵਨ ਇੱਥੇ ਜਿਹੜੇ ਤੁਸੀਂ ਵਿਆਹ ਚ ਲਾ ਰਹੇ ਹੋ ਤੇਰੀਆਂ ਲਵਾ ਦੇ ਉਹ ਸਹੀ ਹੈ ਸਹੀ ਹੈ ਵਧੀਆ ਅਫੀਸ਼ੀਅਲ ਅਮਨ ਨੂੰ ਵੀ ਭਾਈ ਜਨਮਦਿਨ ਮੁਬਾਰਕ ਰਾਮ ਰਾਮ ਭਾਈਓ ਬਖਸ਼ ਭਾਈ ਰਾਮ ਰਾਮ ਸਾਰੰਗ ਸਿਕੰਦਰ ਬਾਈ ਆਪਣੇ ਨਾਲ ਜੁੜ ਚੁੱਕੇ ਨੇ ਸਾਰੰਗ ਸਿਕੰਦਰ ਸੋ ਕਿਆ ਬਾਤ ਬ੍ਰੋ ਇਹਨਾਂ ਨੇ ਵੀ ਭੇਜਤੀ ਰਾਮ ਰਾਮ ਆਪਦੀ ਰਾਮ ਰਾਮ ਜੀ ਰਾਮ ਰਾਮ ਆ ਆਫੀਸ਼ੀਅਲ ਜੱਟ ਕਹਿੰਦੇ ਵੀ ਸੌਂਗ ਪਲੀਜ਼ ਸਪੀਕ ਗਾਉਣਾ ਨਹੀਂ ਸਪੀਕਣਾ ਹੈ ਗਾਣਾ ਕੀ ਸਪੀਕੀਏ ਗਾਣਾ ਸਪੀਕਣਾ ਹੈ ਕਹਿੰਦੇ ਗਾਣਾ ਸਪੀਕ ਤੇ ਗਾਉਣਾ ਨਹੀਂ ਹੈ ਦੇ ਵੀ ਮੈਂ ਵੀ ਭੰਗੜਾ ਕਰ ਲੇਤਾ ਹਾਂ ਭੰਗੜਾ ਪਾਈਦਾ ਹੈ ਕਰੀਦਾ ਥੋੜੀ ਨਾ ਇਹ ਵੀ ਸਹੀ ਹੋਈ ਅੱਜ ਤਾਂ ਦਿਲ ਦੁਲ ਜੇ ਖਾਸੇ ਉੱਡੇ ਫਿਰਦੇ ਨੇ ਬਦਲਾ ਮੰਗ ਮੇਦ ਇਸ ਚਿੱਟੇ ਹੈ ਚਿੱਟਾ ਹੋ ਗਿਆ ਲਵ ਚਿੱਟਾ ਹੋ ਗਿਆ ਕੰਮ ਹੋਇਆ ਅੱਜ ਜਸ ਨਾਟ ਗਿਆਰਾਂ ਨੇ ਟਰਾਕੇ ਭੇਜਤਾ ਲਵ ਜੂ ਤਾਂ ਇਧਰੋਂ ਵੀ ਟ੍ਰੇਨ ਆ ਭਾਈ ਟ੍ਰੇਨ ਆ ਭਾਈ ਟ੍ਰੇਨ ਆ ਚਾਲੀ ਭਾਈ ਮੈਂ ਐਮਪੀ ਸੇ ਹੂੰ ਲੈ ਐਮਪੀ ਤੋਂ ਵੀ ਬਹੁਤ ਸਾਰੀ ਮੁਹੱਬਤ ਹੈ ਇਧਰੋਂ ਪੰਜਾਬ ਕੋ ਨਹੀਂ ਵੀ ਖੁੱਲੇ ਗੱਫੇ ਹਰੇ ਭਾਈ ਪਿਆਰ ਨਿਰਾ ਫਸਲਾਂ ਨਾਲ ਭਰਪੂਰ ਕੀ ਕਰਨੀ ਹੋ ਵੀ ਹੈ ਇਹ ਯੂਪੀ ਕਿੰਨੀ ਹੋ ਗਈ ਮੈਂ ਇੱਧਰ ਯੂਪੀ ਕਿ ਨਹੀਂ ਆ ਗਏ ਲੈ ਦੱਸ ਹਿੰਮਤ ਬਾਈ ਕਿ ਯੂਪੀ ਬਾਈ ਕਿ ਚਾਰੇ ਪਾਸੋਂ ਉਹੀ ਤਾਂ ਮੈਂ ਕਹੀ ਜਾਂਦਾ ਵੀ ਸਾਡਾ ਪਿੰਡ ਨੇੜੇ ਤੇੜੇ ਹੁੰਦਾ ਐਵੇਂ ਚੱਲ ਜਾਂਦੇ 700-800 ਕਿਲੋਮੀਟਰ ਤਾਂ ਹੈਗਾ ਕੋਈ ਨੀ ਭਰਾ ਪ੍ਰਾਈਵੇਟ ਜੈਟ ਕਰਾ ਦਈਏ ਨਹੀਂ ਆਪਾਂ ਟੀਚਾ ਹੀ ਉਹ ਰੱਖਾਂਗੇ ਨਾ ਆਪਾਂ ਹੋਰ ਕੁਛ ਨੀ ਰਹਿੰਦੇ ਪੈਸੇ ਜੋੜਦੇ ਉਦੋਂ ਤੱਕ ਪੰਜਾਬ ਲੈਣਾ ਸਿੱਧਾ ਸਾਰੰਗ ਸਿਕੰਦਰ ਜੀ ਕਹਿੰਦੇ ਸਟੇ ਸੇਫ ਬ੍ਰਦਰ ਅੱਜ ਤਾਂ ਜਮਾ ਸੇਫ ਹਾਂ ਪੂਰੀ ਅਸੀਂ ਜਿੱਥੇ ਉਹ ਟੈਂਪਰੇਚਰ ਜਾਂ ਗੂਗਲ ਤੇ ਨਹੀਂ ਸਰਚ ਮਾਰਦੇ ਵੀ ਹੈਲਦੀ ਹੈ ਕਿ ਨਾ ਹੈਲਦੀ ਉੱਪਰ ਆਉਂਦਾ ਹੁੰਦਾ ਆਪਣਾ ਪੂਰਾ 100% ਹੈਲਦੀ ਮੌਸਮ ਚ ਬੈਠੇ ਆਪਾਂ ਪੂਰਾ ਆਪਾਂ ਨੇ ਪਰਸਨਲ ਦੋ ਪਹਾੜ ਨੇ ਆਪਣੇ ਉਹਨਾਂ ਤੋਂ ਆਪਾਂ ਪੂਰੇ ਫਰੈਸ਼ ਏਅਰ ਲਈ ਦੀ ਹੈ ਪਰਸਨਲ ਪਹਾੜ ਨੇ ਘਰੇ ਉਹ ਜਿਵੇਂ ਘੁੰਮਣ ਲਈ ਥੋੜਾ ਹਿੱਲੀ ਏਰੀਆ ਚਾਹੀਦਾ ਵੀ ਅੱਜ ਥੋੜਾ ਫਰੈਸ਼ ਏਅਰ ਲੈ ਉੱਚੇ ਐਂ ਕਰਕੇ ਵਾਦੀਆਂ ਚਾਹੀਦੇ ਉਹ ਜਿਵੇਂ ਆਉਂਦਾ ਵੀ ਘਰੇ ਮੰਗਾ ਲਓ ਦੋ ਪਹਾੜ ਹੁਣ ਤਾਂ ਕਰੋਨਾ ਕਰਕੇ ਹਵਾ ਲੈਣੀ ਹੈ ਪਿੰਡਾਂ ਜਿਵੇਂ ਆਉਂਦਾ ਉਹ ਤਾਂ ਚਲੋ ਪੁਰਾਣੇ ਉਹਦੇ ਵਿੱਚ ਸ਼ਬਦਾਂ ਚ ਟੋਭਾ ਕਹਿੰਦੇ ਨੇ ਪਰ ਆਪਾਂ ਲੇਕ ਕਹਿੰਦੇ ਹਾਂ ਪੂਰੀ ਸਾਫ਼ ਸੁਥਰੀ ਲੇਕ ਹੈ ਇੱਕ ਛੋਟੀ ਬੋਟ ਛੱਡ ਕੇ ਉਹਦੇ ਵਿੱਚ ਕੋਈ ਮੱਛਲੀ ਪਾਲਣ ਵੀ ਕਰਦੇ ਨਾਲ ਦੋ ਪਹਾੜ ਨੇ ਸੁਖਨਾ ਲੇਕ ਘਰੀ ਬਣਾ ਰੱਖੀ ਆਪਾਂ ਸਹੀ ਹੈ ਜਲਵਾ ਬਈ ਸਾਡਾ ਇੱਥੇ ਥੋੜਾ ਉੱਤਰਾਖੰਡ ਵੱਲੋਂ ਵੀ ਪਿਆਰ ਆ ਗਿਆ ਦੇਖੋ ਪੂਰਾ ਦੇਸ਼ ਕੇ ਕੋਨੋ ਕੋਨੋ ਸੇ ਹਮਾਰੇ ਜੋ ਹੈ ਦੋਸਤ ਮਿੱਤਰ ਵੀ ਸਪੋਰਟਰਸ ਬੈਠੇ ਹੈ ਦੇ ਗੁਰਵਿੰਦਰ ਗਿੱਲ ਕਹਿੰਦਾ ਕਿੱਦਾਂ ਗੁਰਵਿੰਦਰ ਗਿੱਲ ਕਹਿੰਦਾ ਕਿੱਦਾਂ ਜਾਣੇ ਕਿਹੜੀ ਜਾਨ ਬੇਟੀ ਕੀ ਚੱਲ ਪਿਆ ਸਾਡੀ ਕੰਮ ਵਾਲੀ ਭੈਣ ਜੀ ਆ ਗਈ ਸੀ ਆਜੋ ਆਜੋ ਖੁੱਲੇ ਹੀ ਆ ਚਲੋ ਭਾਈ ਕੰਮ ਕਾਰ ਵੀ ਜ਼ਰੂਰੀ ਨੇ ਰੋਟੀ ਖਾਣੀ ਹੈ ਹਾਂ
लो जी हिमाचल तो भी आ गया, देश के पहाड़ों में से खुली ठंडी हवा से प्यार आया है, सारे राज्यों में से, गंगानगर तो भी आ गए बंदे, राजस्थान तो भी आ गए, हिमाचल तो दोबारा फिर एक पहाड़ आया उतर के। सारे पासे गल हुलड़ भाई अपनी दूर दूर तक पहुंच गई है। हां जी ਤੁਹਾਨੂੰ ਕਹਿੰਦੇ ਉਹ ਗੱਲ ਸਲਾਹ ਦਿੱਤੀ ਹੈ ਕਿਸੇ ਨੇ, ਕਹਿੰਦੇ ਅੰਬੈਸੀ ਹੈਕ ਕਰ ਲਓ। ਅੰਬੈਸੀ ਹੈਕ ਤਾਂ ਕਰੋਨਾ ਕਰਨ ਵਾਲਾ, ਬਸ ਹੋਰ ਕੁਛ ਨਹੀਂ। ਕਰੋਨਾ ਡੋਟ ਆ ਗਿਆ ਨਾ ਜੀ, ਉਹ ਪ੍ਰੋਗਰਾਮਿੰਗ ਵਾਲੀ ਜ਼ਿਆਦਾ ਵੱਡੀ ਭਾਲਦਾ ਕਰੋਨਾ। ਕਰੋਨਾ ਹੈਕ ਹੋ ਗਿਆ ਬਸ, ਫਿਰ ਤਾਂ ਉਹਨੂੰ ਜਿੰਨ ਵਾਂਗੂ ਨਾ ਬੋਤਲ ਚ ਕਰ ਲੈ ਬੰਦ, ਕੁੱਟੀ ਜਾਵੇ ਬਸ। ਬਾ ਵਿੱਚ ਵੜ ਕੇ ਨਾ ਪਹਿਲਾਂ ਕੁੱਟ ਕੱਟ ਕੇ ਮਿੱਧ ਮਦ ਕੇ ਚੀਪਰਾ ਕੱਢ, ਉਹਨੂੰ ਮਾਰ ਕੇ ਮੁੱਕੀ ਗਿਆ। ਹੁਣ ਕਰੇਗਾ ਹੁਲੜ ਬਾਜੀ, ਹੁਣ ਦੱਸ ਕਰੇਗਾ ਹੁਲੜ, ਤੈਂ ਦੁਖੀ ਕਰ ਲਿਆ ਦੇਸ਼ ਸਾਰਾ। ਉਹ ਕਹੂਗਾ ਮਹਾਰਾਜ ਜੀ ਮੈਨੂੰ ਛੱਡ ਦੋ, ਇਹ ਪਹਿਲਾਂ ਕਹੀਆਂ ਨੇ ਚਾਈਨਾ ਤੋਂ ਆਇਆ। ਕਿਵੇਂ ਮੈਂ ਕਿਹਾ ਪਹਿਲਾਂ ਕਹੀਆਂ ਨੇ ਦੀ ਕਰੋਨਾ ਜਾਂ ਚਾਈਨਾ ਤੋਂ ਆਇਆ? ਚਾਈਨਾ ਵਾਲੇ ਹੱਸੀ ਖੇਡੀ ਜਾਂਦੇ ਵਧੀਆ। ਚਾਈਨਾ ਵਾਲੇ ਦਾ, ਚਾਈਨਾ ਵਾਲੇ ਤਾਂ 15 ਦਿਨਾਂ ਦੇ ਬਾਅਦ ਦੁਬਾਰਾ ਚੱਲ ਪਿਆ ਸੀ ਕਾਰੋਬਾਰ, ਪੂਰਾ ਪਾਰਟੀਆਂ ਵਿਆਹ ਸ਼ਾਦੀਆਂ ਚੱਲ ਪਿਆ ਸੀ, ਚਿੰਗ ਪੌਂਗ ਹੋ ਗਿਆ ਸੀ ਉਹਨਾਂ ਦਾ ਦੁਬਾਰੇ 15 ਦਿਨਾਂ ਬਾਅਦ। ਆਪਾਂ ਨੂੰ ਵਕਤ ਪਾ ਕੇ ਆਪਣਾ ਫਿਰ ਜ਼ਿਆਦਾ ਨਾ ਆਪਣੀਆਂ ਸਰਕਾਰਾਂ ਦਾ। ਓਫੋ ਭਾਜੀ ਕਹਿੰਦਾ ਸਕੂਲ ਵੀ ਬੰਦ ਪਏ ਆ ਭਾਜੀ, ਸਕੂਲਾਂ ਦੇ ਕਮਰੇ ਚ ਮੈਨੂੰ ਲੱਗਦਾ ਘਾ ਹੋ ਗਏ ਵਿਚਾਰਿਆਂ ਨੂੰ। ਸਕੂਲਾਂ ਦੇ ਕਮਰਿਆਂ ਚ ਕਬੂਤਰ ਪਏ ਬੈਠ ਗਏ ਗੋਲੇ, ਉਹ ਲਾਉਂਦੇ ਨੇ ਕਲਾਸਾਂ। ਕੰਗਨਾ ਇਜ਼ ਪੋਜ਼ਿਟਿਵ ਆਫਟਰ ਗਿਵਿੰਗ ਲੋਟਸ ਆਫ ਨੈਗੇਟਿਵ ਸਟੇਟਮੈਂਟਸ। ਇੰਗਲਿਸ਼ ਚ ਵੀ ਗੱਲਬਾਤ ਹੋ ਗਈ। ਆ ਯਾਰ ਦੇਰ ਇਜ਼ 3-4-5 ਡੇਜ਼ ਵੀ ਲਿਸਨ ਦ ਨਿਊਜ਼ ਐਂਡ ਦੇਰ ਵਰ ਟਵਿੱਟਰ ਅਕਾਊਂਟ ਹੈਕਡ ਐਂਡ ਵੀ ਵਰ ਵੈਰੀ ਸਰਪ੍ਰਾਈਜ਼ ਐਂਡ ਹੈਪੀ ਫਰੋਮ ਪੰਜਾਬ, ਐਵਰੀਬਾਡੀ ਵਾਸ ਵੈਰੀ ਹੈਪੀ ਆਫਟਰ ਟਵਿੱਟਰ ਸਸਪੈਂਡਡ ਬਟ ਨੋਬਡੀ ਨੋਜ਼ ਵਟ ਹੈਪਨ ਟੂਡੇ ਐਂਡ ਯੈਸ ਹਰ ਨੈਗੇਟਿਵ ਰਿਪੋਰਟ ਇਜ਼ ਪੋਜ਼ਿਟਿਵ, ਹਰ ਨੈਗੇਟਿਵ ਰਿਪੋਰਟ ਕਰੋਨਾ ਰਿਪੋਰਟ ਇਜ਼ ਪੋਜ਼ਿਟਿਵ। ਸੋ ਹਰ we should basically har corona positive 2-3 month so she baithi jave nichli behje bas hun positive kara ke 15-20 din da saah aauga lokan nu vi bolno hat gi sahi hai unne bahut low pita hai lokan da ohi gall hai akal na maut tak Kangana Ranaut english baba ji corona college to gharan ch aunda rally ch nahi aa janda acha rally ke likhta rally rally ਖਤਰਨਾਕ ਤਾਂ ਡੇਂਗੂ ਹੈ ਯਾਰ, ਡੇਂਗੂ ਚ ਬੰਦਾ ਉਹ ਹੋ ਜਾਂਦਾ ਜਮੀ ਵੀਕਨੈਸ ਜੀ, ਉੱਠਿਆ ਉੱਠਿਆ ਜਾਂਦਾ। ਕਰੋਨਾ ਜਾਂ ਮੈਨੂੰ ਵੀ ਹੋ ਕੇ ਹਟ ਗਿਆ ਪਿਛਲੇ ਮਹੀਨੇ, ਹੋਰ ਜਦੋਂ ਆਪਾਂ ਸ਼ੂਟ ਕਰਿਆ ਮੈਨੂੰ ਉਦੋਂ ਜਦੋਂ ਆਪਾਂ ਆਪਣਾ ਸ਼ੂਟ ਕਰਿਆ ਮੈਂ ਪਹਿਲਾਂ ਕੈਂਸਲ ਕਰਦਾ ਸੀ, ਪਰ ਮੈਨੂੰ ਇੱਕ ਦਿਨ ਪਹਿਲਾਂ ਨੈਗੇਟਿਵ ਰਿਪੋਰਟ ਕਰਾ ਕੇ ਮੈਂ ਫੇਰ ਸ਼ੂਟ ਤੇ ਆਇਆ ਸੀ ਆਪਣੇ ਗਾਣੇ ਤੇ। ਉਦੋਂ ਪਹਿਲਾਂ ਮੈਨੂੰ ਪੋਜ਼ਿਟਿਵ ਆ ਗਿਆ ਸੀ। ਹਾਂ ਅਸੀਂ ਤਾਂ ਰਿਪੋਰਟ ਟੈਸਟ ਉਸ ਨਹੀਂ ਕਰਾਇਆ, ਉਹ ਸਾਦਾ ਕਿਤੇ ਆਊਗਾ ਨਿਕਲ ਗਿਆ ਹੋਵੇ। ਮੈਨੂੰ ਤਾਂ ਬੁਖਾਰ ਬੂਰ ਜਿਹਾ ਹੋ ਗਿਆ ਸੀ, ਉੱਥੇ ਕਰਤੇ ਵੀ ਚਲੋ ਆਪਣੇ ਰਿਲੇਟਿਵ ਸੀ ਉੱਥੇ ਹਸਪੀਟਲ, ਜੋ ਕਹਿੰਦੇ ਕਰਕੇ ਦੇਖ ਲੈਣੇ ਆਪਾਂ ਉਹ ਨਹੀਂ ਕਰਦੇ, ਫਿਰ ਉਹਨਾਂ ਚੈੱਕ ਚੁੱਕ ਕਰ ਲਿਆ, ਬਸ ਦੇਖਿਆ ਪੋਜ਼ਿਟਿਵ ਜਾ ਗਿਆ, ਕਹਿੰਦੇ ਬਸ ਘਰੇ ਰੈਸਟ ਕਰ ਲਓ। ਆਪਾਂ ਘਰੇ ਰੈਸਟ ਕਰੀ ਕਮਰੇ 'ਚ ਬਹਿ ਕੇ, ਹਫ਼ਤਾ 10 ਦਿਨ ਓਕੇ ਗਲੂ ਗਲੂ ਜੀ ਪੀ ਲਈ, ਪਤਾ ਨਹੀਂ ਕੀ ਕੁਛ ਹੁੰਦਾ। ਆਪਾਂ ਆਪਣੇ ਇੱਕ ਦੋ ਮਿੱਤਰ ਟੈਸਟ ਉਸ ਤੋਂ ਕੀਤੀ, ਠੀਕ ਹੋ ਗਿਆ ਇਹਦਾ ਕੀ ਕਰੋ, ਕੋਈ ਕੋਈ ਚੱਕਰ ਨਹੀਂ, ਬਸ ਸਟੇ ਆਪਦੇ ਆਪ ਨੂੰ ਬਸ ਸੇਫ ਰਹੋ। ਬਾਹਰ ਅੰਦਰ ਜਾਂਦੇ ਤਾਂ ਮਤਲਬ ਮਾਸਕ ਮੂੰਚਾ ਲਾ ਲਓ, ਨਹੀਂ ਐਡੀ ਕੀ, ਘਰੇ ਤਾਂ ਠੀਕ ਹੈ ਸਾਰਿਆਂ ਦਾ। ਖਾਨ ਦਾ ਕਹਿਣਾ ਕਹਿੰਦਾ ਕੰਗਨਾ ਟਵਿੱਟਰ ਅਕਾਊਂਟ ਪਰਮਾਨੈਂਟਲੀ ਡਿਲੀਟਡ, ਕੰਗਨਾ ਨੂੰ ਸਬਕ ਮਿਲ ਗਿਆ, ਮਾਵਾਂ ਨੂੰ ਕਹਿੰਦੀ ਸੀ ਨਾ ਵੀ 100 ਰੁਪਏ ਦਿਹਾੜੀ ਤੇ ਤਾਂ ਨਾ ਹੋ, ਸਬਕ ਤਾਂ ਮਿਲ ਨਹੀਂ ਹੁੰਦਾ ਇਹ ਜਿਹੜਾ ਬੰਦਾ।
ਲੱਗੇ ਨਾ ਬੈਨ ਲਾ ਦੇਣ ਉਹਦਾ ਸੋਚ ਪਿਆ ਹੀ ਨਾ ਪਵੇ ਕਿੱਦਾਂ ਜੀ ਕਈ ਕਾਹੇ ਮੈਂ ਕਿਹਾ ਬੈਨ ਹੀ ਲਾ ਦੇਣ ਮੈਂ ਤੇ ਕਹਿੰਦਾ ਉਹਦਾ ਉਹ ਸੋਸ਼ਲ ਮੀਡੀਆ ਤੇ ਪੱਕਾ ਹੀ ਕਾਹੇ ਤੇ ਨਾ ਪਵੇ ਬੈਨ ਹੀ ਲਾ ਦੇਣਾ ਬਸ ਉਹਨੂੰ ਤਾਂ ਇੱਕ 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 ਉਹਦੇ ਬੈਨ ਲਾ ਦੇਣਾ ਇੱਕ ਉਹਨੂੰ ਟਿਫਨ ਲਾ ਦੇਣਾ ਤੂੰ ਘਰੇ ਬੈਠੇ ਜਾ ਤੈਨੂੰ ਰੋਟੀ ਟਿਫਨ ਤਿੰਨ ਟਾਈਮ ਲਾ ਦੇਣਾ ਟਿਫਨ ਸਰਵਿਸ ਵਾਲਾ ਕੋਈ ਮੈਂ ਤੂੰ ਮੁੰਡੇ ਨੇ ਗਾਣਾ ਲਿਖਿਆ ਇੱਕ ਨੇ ਅੱਜ ਤੂੰ ਬਣਿਆ ਜਿਸਮ ਵਪਾਰੀ ਇੱਕ ਯਾਰਾਂ ਦੇ ਵਿੱਚ ਤਣਦਾ ਟੌਰ ਤੈਨੂੰ ਤੇਰੀ ਲੱਗਦੀ ਅੱਜ ਜਾਂ ਮੁੰਡਿਆਂ ਦੇ ਵਿੱਚ ਖੜਦਾ ਊਂ ਹੱਸ ਹੱਸ ਦੱਸਦਾ ਗੱਲਾਂ ਸਭ ਨੂੰ ਦਿਖਾਉਣਾ ਪਿਆਰ ਨਿਸ਼ਾਨੀ ਹੋ ਆਪਣੀ ਧੀ ਦੀ ਦੇਖ ਹਾਲਾਤਾਂ ਤੈਨੂੰ ਚੇਤੇ ਆਊ ਪਤਾ ਨੀ ਮੈਨੂੰ ਕੰਪੋਜੀਸ਼ਨ ਮੈਂ ਸਪੀਕ ਤਾਂ ਇਹ ਗਾਣਾ ਸੀ ਮੈਨੂੰ ਕਮੈਂਟ ਲੇਟ ਆਈ ਜਾਂਦੇ ਮੈਨੂੰ ਲੱਗਦਾ ਆਪਣੇ ਵੈਸੇ ਨੈਟਵਰਕ ਦੀ ਪ੍ਰੋਬਲਮ ਲੱਗਦੀ ਹੈ ਕਮੈਂਟ ਤਾਂ ਆਈ ਜਾਂਦੇ ਨੇ ਮੇਰੇ ਕੋਲ ਵੀ ਅਗਲਾ ਸੌਂਗ ਕਹਿੰਦੇ ਯੂਪੀ ਵਾਲਿਆਂ ਤੇ ਲਾਓ ਕੋਈ ਰਕੇਸ਼ ਟਕੈਤ ਤੇ ਲਾਓ ਕੋਈ ਵਧੀਆ ਕੋਈ ਪੋਜ਼ਿਟਿਵ ਸੌਂਗ ਕੋਈ ਤੁਹਾਡੇ ਯੂਪੀ ਵਾਲੇ ਮੰਗਦੇ ਨੇ ਯੂਪੀ ਤੇ ਗਾਣਾ ਆਹ ਦਿਲਾਂ ਦੀ ਫੈਕਟਰੀ ਭੇਜਤੀ ਬਾਈ ਇੱਕ ਨੇ ਘੱਟ ਸੀ ਆਪਣੇ ਕੋਲ ਵਿਚਰਨ ਦਾ ਵੀ ਐਂ ਚੱਲ ਜਿੰਨਾ ਕੁ ਟਾਈਮ ਸੀ ਇਹ ਤਾਂ ਆਪਾਂ ਨੂੰ ਕੋਈ ਕੋਈ ਨੀ ਆਪਾਂ ਕੋਈ ਵੱਡੇ ਬਹੁਤ ਸਵਾਲ ਲਾਈਟਮੈਨ ਹੋ ਗਏ ਜਾਂ ਤੇ ਖੜੇ ਰਹਿਣਾ ਜਿਹੜੇ ਲਾਈਟਾਂ ਮੋਢੇ ਜਾ ਕੇ ਤੇ ਇਹਨਾਂ ਦੀ ਵੀ ਬੜੀ ਟਫ ਜੋਬ ਹੁੰਦੀ ਹੈ ਵੀ ਸਮੋਕ ਸਮੂਕ ਵਾਲੇ ਦੇ ਭਾਜਾ ਇਹ ਗਾਲਾਂ ਕੱਢੀ ਜਾਂਦੇ ਨੇ ਸਾਰੇ ਮਿੱਟੂ ਮਿੱਟੀ ਇਹ ਸਮੋਕ ਕਿੱਧਰ ਗਿਆ ਇੱਧਰ ਉਹ ਫੇਰ ਆਉਂਦਾ ਵਿਚਾਰਾ ਮੁੜਕ ਮੁੜਕ ਹੋ ਕੇ ਉਰੇ ਆ ਬਾਈ ਕੀ ਚੱਕਰ ਕੀ ਪੈ ਗਿਆ ਤੈਨੂੰ ਕੀ ਚ ਗੱਲ ਕੀ ਹੋ ਗਈ ਲੈ ਮੈਨੂੰ ਫੜਾ ਦਾ ਸਲਾ ਜਾਏ ਵੀ ਤੂੰ ਆਰਾਮ ਕਰ ਇਹਨੂੰ ਠੰਡਾ ਠੰਡਾ ਪਿਓ ਵਧੀਆ ਰਹਿ ਗਿਆ ਸਾਰਾ ਕੁਝ ਚਲੋ ਵਧੀਆ ਰਹਿ ਗਿਆ ਨੈਕਸਟ ਟਾਈਮ ਫੇਰ ਕੋਈ ਆਪਾਂ ਦੇਖਦੇ ਆ ਵੱਡੇ ਪੱਧਰ ਦਾ ਕੋਈ ਤਿੰਨ ਚਾਰ ਦਿਨਾਂ ਚ ਇੱਧਰ ਕੋਈ ਪਹਾੜਾਂ ਚ ਕਰਕੇ ਲਿਆਉਣਾ ਕੁਝ ਉੱਥੇ ਕੋਈ ਤਾਂ ਹੁੱਲੜ ਬਾਜੀ ਕੋਈ ਪਹਾੜ ਤੋਂ ਥੱਲੇ ਕੋਈ ਰੱਸਾ ਕੱਸੀ ਕਰੀਏ ਉੱਥੇ ਜਾ ਕੇ ਚਲੋ ਆਪਾਂ ਮਿਲਦੇ ਆ ਬ੍ਰੋ ਫਿਰ ਮੁਬਾਰਕਾਂ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਥੈਂਕਸ ਮਨਾਉਂਦੇ ਰਹੋ ਸਾਰੇ ਜਣੇ ਗਾਣਾ ਸਾਡਾ ਵਜਾਉਂਦੇ ਰਹੋ ਪਿਆਰ ਕਰਦੇ ਠੀਕ ਹੈ ਵੀਰੇ ਸਭ ਨੂੰ ਪਿਆਰ ਮੁਹੱਬਤ ਜਾਉਂਦੇ ਵਸਦੇ ਰਹੋ